जैसे तुम अजीठ बसुदा से खोद काढ़ियत अंबर सुरंग भय संग न तजत है। जैसे तो कसुंभ तज मूल फूल अनियत जानियत संग छाड़ता ही ते भजत है। अरद उर्द मुख सलल सूची स्वभाव ताते सीत तपत मल अमल सजत है। गुरमत दुरमत ऊच नीच नीच उच जीत हार हार जीत लज्जा ना लज्जत है। वाहे गुरु जी का खालसा वाहे गुरु जी की फतेह। परम सम्मान योग सत्कार योग गुरु सवारी गुरु प्यारी गुरु का खास रूप खालसा साधु संगत जीओ गरीब नवाज गुरु की संगत जीओ सतगुरां दी अपार बख्शिश दी सदका साहिबे कमाल सतगुरु गुरु गोबिंद सिंह साहिब महाराज दयालु कृपालु सतगुरु जी उन्हां दी रहमत दी सदका उन्हां दी मेहरबानी दी सदका उन्हां अपने मुबारक चरण इस स्थान ते पा करके पावन पवित्र इस भूमि नू बनाया जिथे गुरु समर्थ थे गुरु के चरण समर्थ थे गुरु कियां बख्शिशां समर्थ ने जिहड़ी धरती ते सतगुरु महाराज मुबारक चरण धर देंदे ने इन्ने समर्थ गुरु ने उस धरती नूं सिजदे होण ला देंदे ने। महाराज सच्चे पातशाह मीर करदे ने कि उह धरती हरी भरी आ जिथे मेरा गुरु आ करके बैठ जांदा है। सत धरत पई हरियावली जिथे मेरा सतगुरु बैठा आए गुरु गोबिंद सिंह महाराज जिहड़ी जगह ते आके बैठे आ ना आसन लाया सी वह हरी भरी वसदी उस जगह नूं पिछों सिखां ने ढूंढ लभिया गुरसिखी सो थान पालिया केड़ा जिथे
ਸਤਿਗੁਰੂ ਆ ਕੇ ਬੈਠਾ, ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁੱਖ ਲਾਵਾ। ਉਸ ਮਿੱਟੀ ਨੂੰ ਵੀ ਸਿਜਦੇ ਕੀਤੇ ਉਹਨੇ ਕਿ ਉਹ ਪਾਵਨ ਭੂਮੀ ਆ ਜਿੱਥੇ ਮੇਰਾ ਗੁਰੂ ਆ ਕੇ ਬੈਠਾ ਸੀ, ਅਸੀਂ ਉੱਥੇ ਇਕੱਤਰਿਤ ਹੁੰਦੇ ਹਾਂ, ਹਾਜ਼ਰ ਨਾਜ਼ਰ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਮੁਬਾਰਕ ਗੋਦ ਦਾ ਆਨੰਦ ਮਾਣਦਿਆਂ ਹੋਏ ਹਾਂ, ਅੰਦਰ ਦੀ ਰੌਸ਼ਨੀ ਢੂੰਡਦੇ ਹੋਏ ਲੱਭਦੇ ਹੋਏ ਮਹਾਰਾਜ ਦੇ ਕੋਲ ਆਉਂਦੇ ਹਾਂ। ਮਹਾਰਾਜ ਕਿਰਪਾਲੂ ਸਤਿਗੁਰੂ ਜੀ ਆ ਸਾਡੇ ਜੀਵਾਂ 'ਤੇ ਤਰੁੱਠ ਕਰਕੇ ਸਾਨੂੰ ਸੂਝ ਬੂਝ ਦੇ ਦੁਆਰਾ ਆਪਣੇ ਆਪ ਨੂੰ ਬੰਧਨਾਂ ਤੋਂ ਮੁਕਤ ਕਰਨਾ ਹੈ, ਆਪਣੇ ਆਪ ਦਾ ਪਾਰ ਉਤਾਰਾ ਕਰਨਾ ਹੈ। ਮਤਾਂ ਸੋਚੀਏ ਕਿ ਸਾਡਾ ਪਾਰ ਉਤਾਰਾ ਕੋਈ ਹੋਰ ਮਨੁੱਖ ਕਰ ਦੇਵੇਗਾ, ਇਹ ਨਹੀਂ ਹੋਣਾ। ਜਿਹੜਾ ਬੰਦਾ ਖੁਦ ਹੀ ਨਹੀਂ ਚੱਲਣਾ ਚਾਹੁੰਦਾ, ਜਿਹੜਾ ਬੰਦਾ ਖੁਦ ਹੀ ਨਹੀਂ ਉੱਠਣਾ ਚਾਹੁੰਦਾ, ਉਹਨੂੰ ਤੋਰਨ ਦਾ ਉਠਾਲ ਉਠਾਲ ਕੇ ਯਤਨ ਲਾਈਏ, ਆਸਰਾ ਦੇਈਏ, ਪਰ ਉਹ ਆਪ ਪੈਰ ਲਾਉਂਦਾ ਹੀ ਨਹੀਂ। ਉਹਦੀ ਕੀ ਆਸ ਕਰਾਂਗੇ? ਬਈ ਇੱਕ ਦਿਨ ਦੌੜੇਗਾ, ਨਿੱਕਾ ਜਿਹਾ ਬੱਚਾ ਹੈ, ਉਹਨੂੰ ਆਸਰਾ ਦੇ ਕੇ ਖਿਲਾਰਿਆ ਜਾਂਦਾ ਹੈ, ਉਹ ਕਦਮ ਮਾਰਦਾ ਹੈ, ਤੁਰਦਾ, ਇੱਕ ਦਿਨ ਇੱਕ ਨੰਬਰ ਦਾ ਦੌੜਾਕ ਬਣ ਜਾਂਦਾ। ਅਸੀਂ ਆਪ ਹੀ ਨਹੀਂ ਆਪਣੇ ਦੁੱਖਾਂ 'ਚੋਂ ਨਿਕਲਣ ਦਾ ਯਤਨ ਕੀਤਾ, ਆਪ ਹੀ ਨਹੀਂ ਮੰਜ਼ਿਲ ਵੱਲ ਨੂੰ ਚੱਲਣ ਦਾ ਯਤਨ ਪਏ ਕਰਦੇ। ਸਤਿਗੁਰੂ ਰੋਜ਼ ਆਵਾਜ਼ਾਂ ਮਾਰ ਮਾਰ ਕੇ ਕਹਿੰਦੇ ਆ, ਮਨੁੱਖ ਕੁਝ ਤੁਰ, ਕੁਝ ਜਪ, ਕੁਝ ਤਰਨ ਵਾਸਤੇ ਕਰ। ਉਹ ਅਸੀਂ ਕਰਦੇ ਨਹੀਂ ਉਹਨਾਂ ਪਾਵਨ ਪਵਿੱਤਰ ਬਚਨਾਂ ਨੂੰ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਰਚਨਾਵਲੀ ਦੇ ਅੰਦਰ ਗੁੰਥੜ ਕੀਤਾ ਹੈ, ਸਾਡੇ ਪਾਰ ਉਤਾਰੇ ਲਈ, ਸਾਡੇ ਸਮਝਾਉਣ ਵਾਸਤੇ, ਸਾਨੂੰ ਸੂਝ ਬਖਸ਼ਣ ਵਾਸਤੇ। ਗਰੀਬ ਨਿਵਾਜ ਗੁਰੂ ਕੀ ਕਿਰਪਾ ਦੇ ਸਦਕਾ ਭਾਈ ਸਾਹਿਬ ਜੀ ਦੀ ਰਚਨਾਵਲੀ ਦੀ ਅਸੀਂ ਲੜੀਵਾਰ ਤੌਰ 'ਤੇ ਵਿਚਾਰ ਕਰਦੇ ਆ ਰਹੇ ਹਾਂ, ਜਿੰਨੀ ਕੁ ਸੂਝ ਬੂਝ ਸਤਿਗੁਰੂ ਬਖਸ਼ਦੇ। ਉਹ ਕਵਿਤ ਸਵਾਈਆਂ ਦੇ ਅੰਦਰ ਭਾਈ ਸਾਹਿਬ ਸਾਨੂੰ ਵਾਰ ਵਾਰ ਦਰਸਾਉਂਦੇ ਆ ਰਹੇ ਨੇ, ਅਤੇ ਅੱਜ ਦੀ ਵਿਚਾਰ ਦੁਆਰਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੱਸਦੇ, ਕਹਿਣ ਲੱਗੇ, ਦੇਖੋ ਸੰਸਾਰ ਦੇ ਅੰਦਰ ਜੀਵ ਆਉਂਦਾ ਹੈ, ਅਤੇ ਆ ਕਰਕੇ ਉਹ ਰੰਗਾਂ ਦੇ ਅੰਦਰ ਆਪਣੀ ਜ਼ਿੰਦਗੀ ਨੂੰ ਬਸਰ ਕਰਦਾ ਹੈ। ਦੇਖੋ ਰੰਗ ਬਾਹਰ ਦੇ ਵੀ ਅਤੇ ਰੰਗ ਅੰਦਰ ਦੇ ਵੀ। ਉਹਨੂੰ ਮਹਾਰਾਜ ਜੀ ਨੇ ਵੀ ਕਿਹਾ, ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰਦਾ ਹੈ। ਰੰਗ ਪ੍ਰੇਮ ਵੀ ਹੈ, ਰੰਗ ਜਿਹਨੂੰ ਆਪਾਂ ਕਹਿੰਦੇ ਲਾਲ ਪੀਰਾ ਹਰਾ, ਇਹ ਵੀ ਰੰਗ ਹੈ, ਅਤੇ ਉਹ ਪ੍ਰੇਮ ਦਾ ਰੰਗ ਵੀ ਹੈ, ਉਹ ਅੰਦਰ ਦਾ ਰੰਗ ਹੈ, ਇਹ ਬਾਹਰ ਦੇ ਰੰਗ ਨੇ। ਉਸ ਨੂੰ ਦੇਖ ਕੇ ਕੁਝ ਕੱਚੇ ਨੇ ਅਤੇ ਕੁਝ ਪੱਕੇ ਨੇ, ਕੁਝ ਅੰਦਰੋਂ ਵੀ ਕੱਚੇ ਨੇ ਅਤੇ ਕੁਝ ਅੰਦਰੋਂ ਵੀ ਪੱਕੇ ਨੇ, ਕੁਝ ਬਾਹਰ ਦੇ ਰੰਗ ਵੀ ਕੱਚੇ ਨੇ ਅਤੇ ਕੁਝ ਬਾਹਰ ਦੇ ਰੰਗ ਵੀ ਪੱਕੇ ਨੇ, ਕੁਝ ਬਾਹਰ ਦੀਆਂ ਮਿੱਤਰਤਾਈਆਂ ਵੀ ਪੱਕੀਆਂ ਨੇ, ਕੁਝ ਬਾਹਰ ਦੀਆਂ ਮਿੱਤਰਤਾਈਆਂ ਵੀ ਕੱਚੀਆਂ ਨੇ, ਧੋਖੇ ਧੜੀ ਵਾਲੀਆਂ ਨੇ। ਉਹ ਗੱਲ ਕਰਦੇ ਨੇ ਭਾਈ ਸਾਹਿਬ, ਕਹਿੰਦੇ ਦੇਖੋ ਜਿਹੜਾ ਅੱਤ ਦਾ ਨੀਵਾਂ ਹੈ ਨਾ, ਅੱਤ ਦਾ ਝੁਕਿਆ ਹੋਇਆ ਹੈ ਨਿਰਮਾਨਤਾ ਵਿੱਚ, ਉਹ ਨਿਭੇਗਾ, ਉਹਦੇ ਵਿੱਚ ਪਰਪੱਕਤਾ ਆਵੇਗੀ। ਪਰ ਕਹਿੰਦੇ ਪੱਲੇ ਤਾਂ ਕੁਝ ਹੈ ਨਹੀਂ, ਅਤੇ ਐਵੇਂ ਵੱਡੀਆਂ ਵੱਡੀਆਂ ਛਾਲਾਂ ਮਾਰੇ, ਵੱਡੀਆਂ ਵੱਡੀਆਂ ਡੀਂਗਾਂ ਮਾਰੇ, ਮੇਰੀ ਤਰ੍ਹਾਂ ਰੋਟੀਆਂ ਜਿਹੜੀਆਂ ਨੇ ਭਦੌੜ 'ਚੋਂ ਮੰਗ ਮੰਗ ਕੇ ਖਾਣੀਆਂ ਨੇ, ਵਸਤੂ ਮੰਗ ਮੰਗ ਕੇ ਲੈਣੀਆਂ ਨੇ, ਗੱਲ ਕਰੇ ਜੀ ਮੈਂ ਸਾਰੇ ਰਾਸ਼ਟਰ ਨੂੰ ਲੰਗਰ ਛਕਾ ਸਕਦਾ, ਇਹਦੋਂ ਵੱਡੀ ਮੂਰਖਤਾ ਕਿਹੜੀ ਹੋਣੀ ਹੈ। ਹਰ ਕੋਈ ਕਹੇਗਾ ਬਾਬਾ ਤੂੰ ਆਪ ਤਾਂ ਇੱਥੋਂ ਰੋਟੀਆਂ ਮੰਗ ਕੇ ਪਿਆ ਖਾਂਦਾ, ਔਰ ਇਹਨਾਂ ਦੇ ਟੁਕੜਿਆਂ 'ਤੇ ਪਲਦਾ, ਤੂੰ ਕਿੱਥੋਂ ਇੱਥੇ ਲੰਗਰ ਲਾ ਦੇਗਾ। ਭਾਈ ਸਾਹਿਬ ਕਹਿੰਦੇ ਵੱਡੀਆਂ ਵੱਡੀਆਂ ਡੀਂਗਾਂ ਮਾਰਨੀਆਂ, ਪੱਲੇ ਕੁਝ ਹੋਣਾ ਨਾ, ਦੁਨਿਆਵੀ ਤੌਰ 'ਤੇ ਵੀ ਅਤੇ ਅਧਿਆਤਮਿਕਤਾ ਤੌਰ 'ਤੇ ਵੀ।
ਕਈ ਵੇਰ ਕਿਸੇ ਨੂੰ ਮਾੜਾ ਜਿਹਾ ਕਿਸੇ ਇੱਕ ਦੋ ਅੱਖਰਾਂ ਦਾ ਪਤਾ ਲੱਗ ਜਾਏ, ਸ਼ਬਦ ਦਾ ਇੱਕ ਦਾ ਪਤਾ ਲੱਗ ਜਾਏ, ਫਿਰ ਦੂਜੇ ਨੂੰ ਕਹੇਗਾ ਨਹੀਂ ਤੈਨੂੰ ਨਹੀਂ ਪਤਾ, ਮੈਂ ਤੈਨੂੰ ਦੱਸਦਾ। ਕਿਤੇ ਮਾੜਾ ਜਿਹਾ ਗੁਰੂ ਵੱਲ ਨੂੰ ਚੱਲ ਪਵੇ, ਗੁਰਮਤ ਵੱਲ ਨੂੰ, ਫਿਰ ਦੂਜਿਆਂ ਨੂੰ ਪਿੱਛੇ ਹਟਾ ਹਟਾ ਮਾਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਨਿਮਰਤਾ ਇੰਨੀ ਕੁ ਆ ਜਾਂਦੀ ਏ ਭਾਵਨਾ ਵਾਲੇ 'ਚ ਹੁੰਦਾ ਸਭ ਤੋਂ ਅੱਗੇ, ਪਰ ਉਹ ਆਪਣੇ ਆਪ ਨੂੰ ਜਾਣਦਾ ਸਭ ਤੋਂ ਪਿੱਛੇ। ਸਾਹਿਬ ਬਾਬਾ ਬੁੱਢਾ ਸਾਹਿਬ ਨਾ ਸਭ ਤੋਂ ਮੋਹਰੀ ਬਣ ਕੇ ਜਾਂਦੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸੰਨ ਸਾਹਿਬ ਚਲੇ ਗਏ ਅਤੇ ਉਦੋਂ ਮੋਹਰੀ ਬਣ ਕੇ ਜਾਂਦੇ ਨੇ ਅਤੇ ਸਭ ਤੋਂ ਪਿੱਛੇ ਹੋ ਕੇ ਬਹਿ ਜਾਂਦੇ ਨੇ। ਨਹੀਂ ਮਹਾਰਾਜ, ਸਭ ਸੰਗਤ ਗੁਰੂ ਅੰਗਦ ਦੇਵ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਕਰਤਾਰਪੁਰ ਚੱਲ ਕੇ ਆਉਂਦੇ ਅਤੇ ਬੀਬੀ ਭਰਾਈ ਦੇ ਮਾਤਾ ਭਰਾਈ ਦੇ ਘਰ ਵਿੱਚ ਆ ਕੇ ਇਕਾਂਤਵਾਸ ਹੋ ਜਾਂਦੇ ਅਤੇ ਸੰਗਤ ਵਿੱਚ ਬੇਬਲਤਾ ਆਉਂਦੀ ਅਤੇ ਇੱਕੋ ਧਿਆਨ ਜਾਂਦਾ ਹੈ ਸੰਗਤ ਦਾ ਕਿ ਬਾਬੇ ਬੁੱਢੇ ਨੂੰ ਹੁਕਮ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿ ਬੁੱਢਿਆ ਤੈਥੋਂ ਓਹਲੇ ਕਦੇ ਨਾ ਹੋਸਾਂ, ਤੇਰੇ ਤੋਂ ਓਹਲੇ ਕਦੇ ਨਹੀਂ ਹੋਵਾਂਗਾ, ਕਿਸੇ ਰੂਪ 'ਚ ਕਿਤੇ ਬੈਠਾ ਹੋਵਾਂ। ਬਾਬਾ ਬੁੱਢਾ ਸਾਹਿਬ ਕੋਲ ਸੰਗਤਾਂ ਗਈਆਂ, ਬਾਬਾ ਬੁੱਢਾ ਸਾਹਿਬ ਨੇ ਔਰ ਨਾਲ ਚਲਣਾ ਕੀਤਾ, ਸ਼ਬਦ ਜਪਦੇ ਖਡੂਰੇ ਆ ਰੁਕੇ। ਉੱਥੇ ਆ ਕੇ ਮਾਈ ਨੂੰ ਭਾਵੇਂ ਸਤਿਗੁਰਾਂ ਨੇ ਕਿਹਾ ਸੀ ਦੱਸਣਾ ਨਹੀਂ, ਅਤੇ ਮਾਤਾ ਨੂੰ ਬਾਬਾ ਬੁੱਢਾ ਸਾਹਿਬ ਕਹਿੰਦੇ ਮਾਤਾ ਤੂੰ ਦੱਸ ਜਾਂ ਨਾ ਦੱਸ, ਤੇਰੇ ਘਰ ਦੇ ਅੰਦਰ ਸਤਿਗੁਰੂ ਨੇ। ਅਤੇ ਮਾਤਾ ਨੇ ਅੱਗੋਂ ਕਿਹਾ ਬਾਬਾ ਤੈਨੂੰ ਕਿਵੇਂ ਪਤਾ ਲੱਗ ਗਿਆ? ਕਹਿਣ ਲੱਗੇ ਦੇਖ ਮਾਤਾ, ਜਿਹਦੇ ਕੋਲ ਔਰ ਦੌਲਤ ਹੋਵੇ ਘਰ ਵਿੱਚ ਹੋਵੇ ਔਰ ਉਹਦੇ ਚਿਹਰੇ ਤੋਂ ਪਤਾ ਲੱਗਦਾ, ਜਿਹੜੇ ਫੁੱਲ 'ਚ ਸੁਗੰਧੀ ਹੋਵੇ ਉਹਨੂੰ ਦੱਸਣ ਦਾ ਕੋਈ ਵੀ ਲੋੜ ਨਹੀਂ ਪੈਂਦੀ, ਉਹਦਾ ਆਪਣੇ ਆਪ ਪਤਾ ਲੱਗ ਜਾਂਦਾ, ਉਹ ਰੱਬੀ ਜੋਤ ਤੇਰੇ ਘਰ ਵਿੱਚ ਹੈ। ਅਤੇ ਜਦੋਂ ਦੇਖਿਆ ਨਾ ਔਰ ਸੰਗਤ ਸਾਰੀ ਹੈ ਔਰ ਕਵਾੜ ਲੱਗੇ ਖੋਲ੍ਹਣੇ ਨਹੀਂ ਕਿਹਾ, ਅਤੇ ਉਸ ਵੇਲੇ ਕਿਹਾ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੋ, ਸ਼ਬਦ ਮੇਰੇ ਗੁਰੂ ਨਾਨਕ ਸਾਹਿਬ ਦਾ ਗਾਵੋ। ਅਤੇ ਗੁਰੂ ਨਾਨਕ ਸਾਹਿਬ ਦੇ ਬੋਲਾਂ ਨਾਲ ਗੁਰੂ ਅੰਗਦ ਦੇਵ ਮਹਾਰਾਜ ਆ ਪਾਉਣਗੇ। ਹੋਇਆ ਐਸਾ, ਰਬਾਬੀਆਂ ਨੇ ਸ਼ਬਦ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪੜ੍ਹੇ ਅਤੇ ਵਿਦਵਾਨ ਕਹਿੰਦੇ ਕਿ ਵੀਰ ਕਵਾੜ ਖੁੱਲ੍ਹੇ, ਗੁਰੂ ਅੰਗਦ ਦੇਵ ਮਹਾਰਾਜ ਚੌਂਕੜਾ ਮਾਰ ਕੇ ਆ ਕੇ ਸੰਗਤ ਵਿੱਚ ਬੈਠ ਗਏ। ਸੰਗਤ ਨੇ ਨਮਸਕਾਰ ਕੀਤੀ, ਬਾਬਾ ਬੁੱਢਾ ਸਾਹਿਬ ਪਿੱਛੇ ਹੋ ਕੇ ਨਮਸਕਾਰ ਕਰਕੇ ਬੈਠ ਗਏ। ਆ ਬੀਬੀ ਉਹ ਬੱਚੇ ਨੂੰ ਸੰਭਾਲੋ ਥੋੜ੍ਹਾ ਜਿਹਾ, ਔਰ ਪਿੱਛੇ ਹੋ ਕੇ ਬੈਠ ਗਏ। ਸਾਰੀ ਸੰਗਤ ਬਚਨ ਲੈਂਦੀ ਰਹੀ, ਨਮਸਕਾਰਾਂ ਕਰਦੀ ਰਹੀ, ਅਤੇ ਜਦੋਂ ਬਾਬਾ ਬੁੱਢਾ ਸਾਹਿਬ ਨੇੜੇ ਗਏ ਨਾ ਹੱਥ ਜੋੜ ਕੇ ਔਰ ਆਪ ਨਿਮਰਤਾ ਵਿੱਚ ਆ ਕੇ ਕਹਿਣ ਲੱਗੇ ਮਹਾਰਾਜ ਮੇਰੇ ਵਾਸਤੇ ਇਸ ਬੁੱਢੇ ਵਾਸਤੇ ਕੀ ਉਪਦੇਸ਼ ਆ? ਅਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਅਨਿੰਨ ਸੇਵਕ ਨੇ ਅਤੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਇਹ ਬਚਨ ਕਹਿ ਸਾਨੂੰ ਵੀ ਸਿੱਖਿਆ ਦਿਓ, ਕੀ ਉਪਦੇਸ਼ ਮੇਰੇ ਵਾਸਤੇ? ਅਤੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਬਚਨ ਕੀਤੇ, ਉਹਨੇ ਆਪਣੀ ਜ਼ਬਾਨੀ ਪਾਕ ਤੋਂ ਕਹਿਣ ਲੱਗੇ ਦੀਖਿਆ ਆਖ ਬੁਝਾਇਆ ਸਿਵਤੀ ਸੱਚ ਸਮੇਓ, ਤਿੰਨ ਕੋ ਕਿਆ ਉਪਦੇਸੀ ਹੈ ਜਿਨ ਗੁਰ ਨਾਨਕ ਦਿਓ। ਜਿਹਦੇ 'ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਵਰਸ ਜਾਏ ਉਹਨੂੰ ਕਿਸੇ ਉਪਦੇਸ਼ ਦੀ ਲੋੜ ਨਹੀਂ ਪੈਂਦੀ। ਗੁਰੂ ਕੇ ਸਿੱਖੋ ਸਾਡੀ ਬਦਕਿਸਮਤੀ ਗੁਸਤਾਖੀ ਮਾਫ਼, ਅਸੀਂ ਗੁਰੂ ਨਾਨਕ ਸਾਹਿਬ ਦੇ ਘਰ ਦਾ ਉਪਦੇਸ਼ ਲੈਂਦੇ ਗੁਰੂ ਨਾਨਕ ਸਾਹਿਬ ਦਾ ਅਤੇ ਸਿੱਖਿਆ ਹੋਰਨਾਂ ਨੂੰ ਵੀ ਲੱਭਦੇ ਫਿਰਦੇ। ਨਹੀਂ ਬਾਬਾ ਜੀ ਉੱਥੋਂ ਗੱਲ ਨਹੀਂ ਜੇ ਬਣੀ, ਤੁਸੀਂ ਬਣਾਓ, ਕਿਸੇ ਨੇ ਨਹੀਂ ਬਣਾਉਣੀ। ਔਰ ਉਹ ਪਿੱਛੇ ਹੋ ਕੇ ਵੀ ਅੱਗੇ ਆ, ਅੱਤ ਦੀ ਨਿਮਰਤਾ ਅਤੇ ਪਰਪੱਕਤਾ ਹੈ ਗੁਰਸਿੱਖੀ ਨੂੰ ਕਮਾਉਣ ਵਾਲਾ ਬਾਬਾ ਬੁੱਢਾ ਸਾਹਿਬ ਸ਼ਿਖਰ ਹੈ। ਗੁਰਸਿੱਖੀ ਨੂੰ ਕਮਾਇਆ, ਗੁਰੂ ਨਾਲ ਮਿਲਿਆ ਅਤੇ ਨਾਲ ਸੰਗਤਾਂ ਨੂੰ ਲਿਆ ਕੇ ਮੁਲਾਇਆ,
और ਉਹ ਹਵਾਲਾ ਅਤ ਨਿਰਮਾਨਤਾ ਦਾ ਦਿੰਦੇ ਜਿਹਦੇ ਅੰਦਰ ਪ੍ਰੇਮ ਦਾ ਪਰਮਾਤਮਾ ਦਾ ਰੰਗ ਏ ਇੰਨਾ ਭਿੱਜਾ ਹੋਇਆ ਹੈ। ਪਤਾ ਹੈ ਇਹ ਮਹਾਕੁੰਡ ਰੰਗ ਦਾ ਆਨੰਦ ਜਿਹੜਾ ਹੈ ਉਹ ਕਿੱਥੇ ਆ? ਇਹ ਰੰਗ ਤਾਂ ਹੀ ਏ ਜੇ ਬਾਦਸ਼ਾਹ ਦਾਤਾ ਹੈ, ਖੁਸ਼ੀਆਂ ਦੇ ਖੇੜੇ ਤਾਂ ਨੇ, ਜੇ ਉਹ ਮੁਜੱਸਮਾ ਹੈ, ਸੁਗੰਧੀ ਤਾਂ ਆਉਂਦੀ ਏ ਜੇ ਕਿਤੇ ਬਗੀਚੀ ਫੁੱਲਾਂ ਦੀ ਹੈ, ਉਹ ਕਿੱਥੇ ਹੈ? ਉਹਨੂੰ ਅੰਦਰੋਂ ਢੂੰਡ ਲੈਣਾ, ਲੱਭ ਲੈਣਾ। ਉਹ ਪ੍ਰੇਮ ਦਾ ਰੰਗ ਏ, ਬਾਹਰ ਦੇ ਰੰਗ ਨੇ ਉਹ ਬਿਨਸੁਦੇ ਨੇ, ਕੁਝ ਕੱਚੇ ਨੇ, ਕੁਝ ਪੱਕੇ ਨੇ। ਉਹਨਾਂ ਦੀ ਗੱਲ ਭਾਈ ਸਾਹਿਬ ਕਰਦੇ ਨੇ, ਕਹਿੰਦੇ ਜੈਸੇ ਤੋਂ ਮਜੀਠ ਬਸੁਦਾ ਸੈ ਖੋਦ ਕਾਢੀਅਤ। ਭਾਈ ਸਾਹਿਬ ਕਹਿੰਦੇ ਜਿਹੜਾ ਮਜੀਠ ਹੈ ਨਾ, ਮਜੀਠ ਇਹ ਉੱਪਰ ਨਹੀਂ ਲੱਗਦਾ, ਇਹ ਜੜ੍ਹਾਂ ਹੁੰਦੀਆਂ ਨੇ ਥੱਲੇ, ਜੜ੍ਹਾਂ ਦੇ ਵਿੱਚ ਰੰਗ ਹੁੰਦਾ ਹੈ। ਉਹ ਜ਼ਮੀਨ ਨੂੰ ਪੱਟ ਕੇ, ਜਿਵੇਂ ਆਪਾਂ ਪੇਂਡੂ ਭਾਸ਼ਾ ਵਰਤਦੇ ਨਾ ਕਿ ਜੜ੍ਹਾਂ ਕਹਿ ਲਓ, ਉਹਨੂੰ ਤਨੇ ਕਹਿ ਦਿੰਦੇ, ਉਹ ਕੱਟ ਕੱਟ ਕੇ ਉਹਦੇ ਟੁਕੜੇ ਬਣਾ ਕੇ ਫਿਰ ਉਹਨਾਂ ਨੂੰ ਔਰ ਕੁੱਟ ਕੇ ਫਿਰ ਵਾਲ ਕੇ ਫਿਰ ਉਹਦਾ ਰੰਗ ਬਣਦਾ ਹੈ ਔਰ ਉਹ ਜੜ੍ਹਾਂ 'ਚ ਹੁੰਦਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਦੇਖੋ ਉਹ ਅੱਤ ਦਾ ਨੀਵਾਂ ਪਿਆ ਹੈ ਥੱਲੇ, ਔਰ ਜੈਸੇ ਤੋਂ ਮਜੀਠ ਬਸੁਦਾ ਨਾਮ ਧਰਤੀ ਦਾ। ਅਤੇ ਕਈ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਵੀ ਐਸੇ ਪਾਠ ਆਉਂਦੇ ਨੇ, ਅਤੇ ਔਰ ਕਈ ਵਾਰ ਅਸੀਂ ਸੰਥਿਆ ਪੰਥਿਆ ਨਾ ਕੀਤੀ ਹੋਵੇ ਅਤੇ ਕਈ ਵਾਰ ਅਸੀਂ ਬਸੁੱਧਾ ਹੀ ਉਹਨੂੰ ਪੜ੍ਹ ਜਾਂਦੇ, ਜਿਹਦਾ ਅਰਥ ਹੀ ਕੁਝ ਹੋਰ ਬਣ ਜਾਂਦਾ ਹੈ। ਬਸੁੱਧਾ ਸੈ ਖੋਦ ਕਾਢੀ, ਉਹਨੂੰ ਖੋਦ ਕੇ ਪੁੱਟ ਕੇ ਕੱਢਿਆ ਜਾਂਦਾ ਥੱਲਿਓਂ, ਅਤੇ ਕਹਿੰਦੇ ਉਹ ਫਿਰ ਕੱਢ ਕੇ ਜਿਵੇਂ ਜਿਵੇਂ ਕੱਢੀ ਜਾਂਦਾ ਪੱਕਾ ਹੁੰਦਾ, ਲਹਿੰਦਾ ਨਹੀਂ, ਔਰ ਉਹਦੀ ਅੱਤ ਦੀ ਨਿਰਮਾਨਤਾ ਨੀਵਾਂ ਹੈ ਪਰ ਹੈ ਪਰਪੱਕਤਾ, ਲਹਿਣ ਵਾਲਾ ਨਹੀਂ। ਗੁਰਸਿੱਖ ਵਿੱਚ ਅੱਤ ਦੀ ਨਿਮਰਤਾ ਹੈ, ਉਹ ਗੁਰੂ ਤੋਂ ਦੂਰ ਰਹਿਣ ਵਾਲਾ ਨਹੀਂ, ਜੁੜਿਆ ਹੋਇਆ ਹੈ, ਅੰਦਰੋਂ ਤੁਰਿਆ ਹੋਇਆ ਹੈ। ਇਹ ਨਹੀਂ ਕਿ ਮੇਰੇ ਵਰਗਾ ਔਰ ਦੋ ਕਿਤਾਬਾਂ ਪੜ੍ਹਨ ਵਾਲਾ ਆ ਕੇ ਤੁਹਾਨੂੰ ਦੋ ਗੱਲਾਂ ਸੁਣਾਵੇ ਤੂੰ ਕਹੇ ਯਾਰ ਮੇਰੀ ਤਾਂ ਸ਼ਰਧਾ ਹੀ ਟੁੱਟ ਗਈ, ਮੇਰਾ ਤਾਂ ਪ੍ਰੇਮ ਹੀ ਟੁੱਟ ਗਿਆ, ਤੇਰਾ ਹੈ ਕੀ ਸੀ? ਕਿਸੇ ਨੇ ਸਾਨੂੰ 100 ਲਾਮੇ ਦਿੱਤੇ ਜਵਾਕਾਂ ਸਾਡਿਆਂ ਦੇ, ਸਾਡੇ ਘਰ ਦੇ, ਸਾਡੇ ਪਰਿਵਾਰ ਦੇ, ਗੁਸਤਾਖੀ ਮਾਪ ਕਈ ਵਾਰ ਔਰ ਬਜ਼ੁਰਗਾਂ ਦੇ ਵੀ ਆ ਜਾਂਦੇ, ਬਈ ਤੇਰੇ ਬਾਪੂ ਨੇ ਮੈਨੂੰ ਐਂ ਆਖਿਆ, ਫਲਾਨਾ ਆਖਿਆ। ਉਹ ਤਾਂ ਅਸੀਂ ਛੱਡੇ ਨਹੀਂ ਕਿਸੇ ਦੀਆਂ ਟੁੱਚਰਾਂ ਸੁਣ ਕੇ, ਉੱਤੇ ਤਾਂ ਸਾਨੂੰ ਭਰੋਸਾ ਹੈ, ਉਹਨਾਂ ਨਾਲ ਤਾਂ ਸਾਡਾ ਪ੍ਰੇਮ ਹੈ। ਅਤੇ ਪਰਮਾਤਮਾ ਵੱਲੋਂ ਪ੍ਰੇਮ ਬੜਾ, ਇੰਨਾ ਹੀ ਕੱਚਾ ਪ੍ਰੇਮ ਹੈ, ਇੰਨਾ ਹੀ ਕੱਚਾ ਸਾਡਾ ਭਰੋਸਾ ਹੈ ਕਿ ਮੇਰੇ ਵਰਗਾ ਘੰਟੇ ਦੋ ਘੰਟਿਆਂ ਲਈ ਆਇਆ, ਉਹਨੇ ਚਾਰ ਪ੍ਰਮਾਣ ਇੱਧਰ ਉੱਧਰ ਦੀਆਂ ਗੱਲਾਂ ਤੁਹਾਨੂੰ ਸੁਣਾ ਦਿੱਤੀਆਂ, ਅਤੇ ਤੁਹਾਡਾ ਇਹੋ ਜਿਹਾ ਪ੍ਰੇਮ ਹੈ ਬਈ ਉਹ ਟੁੱਟ ਗਿਆ, ਭਰੋਸਾ ਟੁੱਟ ਗਿਆ। ਕਦੇ ਮਾਂ ਬਾਪ ਤੋਂ ਭਰੋਸਾ ਟੁੱਟਾ, ਕਦੇ ਧੀ ਪੁੱਤਰਾਂ ਤੋਂ ਭਰੋਸਾ ਟੁੱਟਾ, ਕਦੇ ਘਰ ਬਾਰ ਤੋਂ ਭਰੋਸਾ ਟੁੱਟਾ, ਕਦੇ ਨਹੀਂ ਨਾ। ਜਦੋਂ ਟੁੱਟਦਾ ਸਾਡਾ ਗੁਰੂ ਤੋਂ ਹੀ ਕਿਉਂ ਟੁੱਟਦਾ ਹੈ ਬਈ? ਇਹਦਾ ਮਤਲਬ ਇੱਧਰ ਨਾਤਾ ਸਾਡਾ ਕੋਈ ਜੁੜਿਆ ਨਹੀਂ। ਜਿੱਥੇ ਨਾਤਾ ਨਜ਼ਦੀਕੀ ਅਤਿ ਆ ਨਾ, ਉੱਥੇ ਅਸੀਂ ਔਗਣ ਨਹੀਂ ਚੁਤਾਰਦੇ। ਧੀਆਂ ਪੁੱਤਰ ਨੇ, ਪਰਿਵਾਰ ਏ, ਆਪਦਾ ਜੀਵਨ ਏ, ਔਰ ਔਗਣ ਨਹੀਂ ਅਸੀਂ ਗੁਣ ਵੇਖਦੇ ਹਾਂ ਉਹਦੇ ਗੁਣ। ਅਤੇ ਕਿਤੇ ਗੁਰਦੁਆਰਾ, ਮੰਦਰ, ਮਸਜਿਦ, ਧਾਰਮਿਕ ਜਗਾਵਾਂ ਜਾਂ ਧਾਰਮਿਕ ਦੁਨੀਆ ਵੱਲ ਨੂੰ ਚੱਲਣ ਵਾਲੇ ਔਰ ਸਰੀਰ ਨੇ, ਉਹਨਾਂ ਤੋਂ ਸ਼ੁਭ ਗੁਣ ਦੀ ਸਿੱਖਿਆ ਨਹੀਂ ਲੈਣੀ। ਅਸੀਂ ਔਗਣ ਉਹਨਾਂ ਦੇ ਵੀ ਲੱਭਦੇ ਫਿਰਦੇ, ਸਤ ਸੰਗਤ ਦੇ ਵੀ ਔਗਣ ਲੱਭਦੇ ਫਿਰਦੇ ਹਾਂ। ਸਤ ਸੰਗਤ ਅਗਰ ਜੇ ਅਸੀਂ ਔਗਣ ਭਲੀ ਜਗ੍ਹਾ 'ਤੇ ਆ ਕੇ ਮਾੜੀ ਗੱਲ ਢੂੰਡਦੇ ਹਾਂ, ਗੁਸਤਾਖੀ ਮਾਂ, ਫਿਰ ਅਸੀਂ ਚੰਗੀਆਂ ਦੇ ਖਰੀਦਦਾਰ ਨਹੀਂ ਔਰ ਮਾੜਾ ਹੀ ਲੱਭਦੇ ਫਿਰਦੇ ਹਾਂ, ਮਾੜਾ ਹੀ ਇਕੱਠਾ ਕਰਦੇ ਫਿਰਦੇ ਹਾਂ। ਭਾਈ ਗੁਰਦਾਸ ਸਾਹਿਬ ਕਹਿੰਦੇ ਅੱਤ ਦੀ ਨਿਰਮਾਨਤਾ, ਇੰਨੀ ਪਰਪੱਕਤਾ ਕਿ ਮੁੜ ਕੇ ਭਾਵੇਂ ਤੁਸੀਂ ਹਜ਼ਾਰਾਂ ਧੋ ਪਾਈ ਜਾਵੋ, ਕੋਈ ਧੋਤੀ ਜਾਵੇ, ਉਹ ਲਹਿੰਦਾ ਨਹੀਂ, ਕਿਉਂਕਿ ਹੈ ਥੱਲੇ ਅੱਤ ਦਾ ਨੀਵਾਂ। ਕਹਿੰਦੇ ਦੂਜਾ, ਅੰਬਰ ਸੁਰੰਗ ਭਏ ਸੰਗ ਨਾ ਤਦ ਤਹਿ। ਅੰਬਰ ਕੱਪੜਾ, ਉਹ ਮਜੀਠ ਦੇ ਰੰਗ, ਰੰਗ ਮਜੀਠ ਦਾ ਉਹਨੂੰ ਚੜ੍ਹ ਗਿਆ, ਕਹਿੰਦੇ ਉਹਦਾ ਸਾਥ ਕਦੇ ਨਹੀਂ ਛੱਡਦਾ, ਉਹਦੇ ਨੂੰ ਜੁਦਾ ਨਹੀਂ ਹੁੰਦਾ। ਕੱਪੜਾ ਤਾਂ ਫੀਤੇ ਫੀਤੇ ਹੋ ਜਾਏ, ਕੱਪੜੇ ਨਾਲੋਂ ਪਰੇ ਕਦੇ ਨਹੀਂ ਹੁੰਦਾ।
ਕਹਿੰਦਾ ਐਸਾ ਜੋੜ ਹੋਇਆ, ਐਸਾ ਮਿਲਾਪ ਹੋਇਆ ਸਿੱਖਾ ਤੇਰਾ, ਇਹੋ ਜਿਹਾ ਪ੍ਰੇਮ, ਇਹੋ ਜਿਹਾ ਤੇਰਾ ਮਿਲਾਪ, ਇਹੋ ਜਿਹਾ ਤੇਰਾ ਭਰੋਸਾ, ਇਹੋ ਜਿਹਾ ਤੇਰਾ ਵਿਸ਼ਵਾਸ, ਜਿਹੜਾ ਮਿੰਟ ਮਿੰਟ 'ਤੇ ਗੁਰੂ ਤੋਂ ਦੂਰ ਹੋਈ ਜਾਂਦਾ, ਟੁੱਟੀ ਜਾਂਦਾ, ਦੂਰ ਤੁਰਿਆ ਜਾਂਦਾ, ਔਰ ਉਹ ਕੱਪੜੇ ਦਾ ਸਾਥ ਕਦੇ ਨਹੀਂ ਛੱਡਦਾ, ਉਹਨੂੰ ਆਪਣਾ ਰੰਗ ਦੇ ਦਿੰਦਾ। ਅਸੀਂ ਆਪਣੇ ਅੰਦਰ ਨਿਤਨੇਮ ਪ੍ਰੇਮ ਸੇਵਾ ਸਿਮਰਨ ਦਾ ਜਿਹੜਾ ਰੰਗ ਸੀ, ਦੂਜੇ 'ਤੇ ਤਾਂ ਪ੍ਰਭਾਵ ਕੀ ਕਰਾਉਣਾ ਪਾਉਣਾ ਹੈ, ਅਸੀਂ ਦੂਜੇ ਦੀਆਂ ਦੋ ਗੱਲਾਂ ਸੁਣ ਕੇ ਆਪਣੇ ਵਾਲਾ ਵੀ ਛੱਡਦੇ ਨੇ, ਆਪਣੇ ਵਾਲਾ ਵੀ ਸੁਭਾਅ ਛੱਡਦੇ ਨੇ, ਉਹਦੀਆਂ ਸੁਣ ਲਈਆਂ। ਭਾਈ ਸਾਹਿਬ ਕਹਿੰਦੇ ਨੇ, ਜੈਸੇ ਤੋ ਕੁਸੁੰਬ ਤਜ ਮੂਲ ਫੂਲ ਅਨੀਅਤ, ਜਿਹੜਾ ਕੁਸੁੰਬੇ ਦਾ ਰੰਗ ਹੈ ਨਾ, ਕੁਸੁੰਬਾ ਹੈ, ਕਹਿੰਦੇ ਬਈ ਉਹ ਮੂਲ ਮੁੱਢ ਨੂੰ ਛੱਡ ਕੇ ਤਾਂ ਉੱਤੇ ਸਿਰੇ 'ਤੇ ਫੁੱਲ ਹੁੰਦੇ ਆ, ਅਤੇ ਮਜੀਠ ਥੱਲੇ ਜੜ੍ਹਾਂ 'ਚ ਹੁੰਦਾ ਹੈ। ਉਹ ਸਿਰੇ 'ਤੇ ਉਹਨੇ ਮੂਲ ਤਜ ਔਰ ਸਿਰੇ 'ਤੇ ਟਹਿਣੀ 'ਤੇ ਜਾ ਕੇ ਲੱਗਾ। ਅਤੇ ਅੱਜ ਵੀ ਅਸੀਂ ਜਿਹੜੇ ਹਾਂ ਨਾ, ਬਹੁਤ ਤਾਦ ਅੰਦਰ ਸੰਗਤ ਜੀ, ਟਹਿਣੀਆਂ ਨਾ ਪੱਤਿਆਂ ਨਾਲ ਜੁੜੇ ਹੋਏ ਹਾਂ, ਜਿਹੜਾ ਮੂਲ ਮੁੱਢੇ ਨਾ ਸਤਨਾਮ ਵਾਹਿਗੁਰੂ, ਇਹਨੂੰ ਛੱਡਿਆ ਹੋਇਆ ਹੈ। ਗੁਸਤਾਖੀ ਮਾਫ਼, ਮੈਂ ਸਾਰਿਆਂ ਦੀ ਨਹੀਂ ਗੱਲ ਕਰਦਾ, ਮੇਰੇ ਵਰਗੇ ਬਹੁਤ ਹੈਗੇ ਨੇ ਜਿਨ੍ਹਾਂ ਨੇ ਮੂਲ ਮੁੱਢ ਤੋਂ ਜੁਦਾ ਹੋਏ ਟੁੱਟੇ ਨੇ ਔਰ ਉਹ ਡਾਲੀਆਂ ਨਾਲ ਜੁੜੇ। ਔਰ ਤਾਂ ਹੀ ਮਹਾਰਾਜ ਬਚਨ ਕਰਦੇ, ਇੱਕ ਮੂਲ ਲਾਗੇ, ਮੂਲ ਲਾਗੇ ਜਿਹੜੇ ਮੂਲ ਨਾਲ ਜੁੜ ਗਏ ਨਾ, ਤਿੰਨੀ ਸੁੱਖ ਪਾਇਆ, ਉਹ ਸੁਖੀ ਨੇ। ਔਰ ਇੱਕ ਜਿਹੜੇ ਆ ਡਾਲੀਆਂ ਨਾਲ ਟਹਿਣੀਆਂ, ਡਾਲੀ ਲਾਗੇ ਤਿੰਨੀ ਜਨਮ ਗਵਾਇਆ, ਉਹ ਟਹਿਣੀਆਂ ਨਾਲ ਪੱਤਿਆਂ ਨਾਲ ਪ੍ਰੇਮ ਪਾਈ ਬੈਠੇ ਨੇ ਪਰਮਾਤਮਾ ਨੂੰ ਛੱਡ ਕੇ, ਉਹ ਫਿਰ ਦੁਖੀ ਹੁੰਦੇ ਫਿਰਦੇ ਨੇ, ਉਹਨਾਂ ਨੂੰ ਇੱਕ 'ਤੇ ਭਰੋਸਾ ਨਹੀਂ ਰਿਹਾ। ਕਹਿੰਦੇ ਇਹਨੇ ਵੀ ਮੂਲ ਮੁੱਢ ਨੂੰ ਤਿਆਗਿਆ ਅਤੇ ਉੱਪਰ ਆ ਕੇ ਲੱਗਾ। ਕਹਿੰਦੇ ਜਾਨੀਅਤ ਸੰਗ ਛਾੜ ਤਾਂ ਹੀ ਤੇ ਭਜਤ ਹੈ, ਕਹਿੰਦੇ ਉੱਚਾ ਤਾਂ ਲਹਿਰਾਉਂਦਾ, ਕਿਉਂ ਇਹਨੇ ਮੁੱਢ ਨੂੰ ਛੱਡਤਾ, ਰੰਗ ਬੜਾ ਚਮਕ ਦਮਕ ਵਾਲਾ ਸੋ। ਕਹਿੰਦੇ ਥੋੜ੍ਹਾ ਜਿਹਾ ਪਾਣੀ ਪਿਆ ਅਤੇ ਜਿਹੜਾ ਰੰਗ ਸਾਰਾ ਲੈ ਕੇ ਉਹ ਗਿਆ, ਉਹਨੇ ਦੂਜਿਆਂ ਦਾ ਵੀ ਨਾਸ ਮਾਰਿਆ। ਥੋੜ੍ਹੀ ਜਿਹੀ ਸਾਡੇ 'ਤੇ ਵੀ ਕੋਈ ਹੋਰ ਹਵਾ ਆਈ ਨਾ, ਕਿਸੇ ਨੇ ਬਚਨ ਬਲਾਸ ਕੀਤੇ, ਸਾਡਾ ਗੁਰਸਿੱਖੀ ਵਾਲਾ, ਸ਼ਰਧਾ ਵਾਲਾ, ਸੇਵਾ ਵਾਲਾ, ਸਿਮਰਨ ਵਾਲਾ, ਨਿਤਨੇਮ ਵਾਲਾ, ਇਹ ਰੰਗ ਉੱਤਰ ਜਾਂਦਾ। ਲਓ ਜੀ, ਉਹ ਫਲਾਨੇ ਨੇ ਤਾਂ ਜੀ ਆਹ ਕਹਿਤਾ ਜੀ, ਇੰਨੀਆਂ ਬਾਣੀਆਂ ਨਹੀਂ ਪੜ੍ਹਨੀਆਂ ਚਾਹੀਦੀਆਂ, ਇੰਨੀਆਂ ਪੜ੍ਹਨੀਆਂ ਚਾਹੀਦੀਆਂ। ਬਈ ਤੈਨੂੰ ਪੰਜ ਪਿਆਰਿਆਂ ਨੇ, ਇੱਕ ਸਿੰਘ ਨੂੰ ਮੈਂ ਕਿਹਾ ਬਈ ਤੈਨੂੰ ਪੰਜ ਪਿਆਰਿਆਂ ਨੇ ਕੀ ਕਿਹਾ ਸੀ? ਕਹਿੰਦੇ ਜੀ ਆਹ ਕਿਹਾ ਸੀ। ਮੈਂ ਕਿਹਾ ਜੇ ਪੰਜਾਂ 'ਤੇ ਤੈਨੂੰ ਭਰੋਸਾ ਨਹੀਂ, ਮੇਰੇ ਇਕੱਲੇ 'ਤੇ ਥੋੜ੍ਹਾ ਆਉਣ ਲੱਗਾ। ਮੈਂ ਕਿਹਾ ਗੁਰਮੁਖਾ, ਗੁਰੂ ਗ੍ਰੰਥ ਸਾਹਿਬ ਮਹਾਰਾਜ 'ਤੇ ਜੇ ਤੈਨੂੰ ਭਰੋਸਾ ਹੈ ਨਾ, ਇਹਦਾ ਇੱਕ ਬੋਲ ਹੀ, ਇੱਕੋ ਬੋਲ ਹੀ, ਕੋਈ ਵੀ ਇਹ ਬਾਣੀ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਗੁਰੂਤਾ ਇਹਨੂੰ ਪ੍ਰਾਪਤ ਹੈ, ਇਹ ਗੁਰੂ ਰੂਪੇ ਬਾਣੀ ਦਾ ਇੱਕ ਇੱਕ ਬੋਲ, ਅਤੇ ਕਿਤੇ ਉਹਨੂੰ ਇੱਕ ਸ਼ਬਦ, ਇੱਕ ਬੋਲ ਹਿਰਦੇ 'ਚ ਵਸਾ ਲਵੇ ਨਾ ਭਰੋਸਾ ਕਰਕੇ, ਅਤੇ ਪਾਰ ਉਤਾਰਾ ਹੋ ਜਾਣਾ ਇਹਨਾਂ ਚੱਕਰਾਂ 'ਚ ਨਾ ਪੈ, ਗੁਰੂ ਗੁਰੂ ਜਪਣ ਦਾ ਯਤਨ ਕਰ। ਜਿੰਨੀਆਂ ਅਸੀਂ ਤਰਕਾਂ ਬਤਰਕਾਂ 'ਚ ਪੈਂਦੇ ਨਾ, ਅੰਦਰ ਸਾਡਾ ਕੜਵਾਹਟ ਵਿੱਚ ਆਉਂਦਾ ਹੈ, ਅੰਦਰੋਂ ਸਕੂਨ ਸ਼ਾਂਤੀ ਖਤਮ ਹੁੰਦੀ ਆ, ਅੰਦਰ ਜੈਲੰਸੀ ਵੱਧਦੀ, ਦੂਜੇ ਨੂੰ ਨੀਚਾ ਦਿਖਾਉਣ ਲਈ ਆਪਣੇ ਆਪ ਦੀ ਔਰ ਜ਼ਿਆਦਾ ਖਵਾਉਣ ਲਈ। ਉਹ ਠੀਕ ਹੈ, ਬਾਹਰ ਦੀ ਵਿੱਦਿਆ ਵਧਾ ਲਓਗੇ ਪਰ ਅੰਦਰ ਖਾਲੀ ਹੋ ਜਾਵੇਗਾ। ਬੜੇ ਬੜੇ ਵਿਦਵਾਨ ਨੇ ਜਿਹੜੇ ਨਾਸਤਕ ਹੋ ਗਏ, ਬੜੇ ਬੜੇ। ਭਾਈ ਸਾਹਿਬ ਕਹਿੰਦੇ ਉਹਨੇ ਮੂਲ ਨੂੰ ਤਿਆਗਿਆ ਅਤੇ ਉਹਦੇ ਪੱਲੇ ਕੁਦਣਾ ਪਿਆ। ਕਹਿਣ ਲੱਗੀ ਸੱਜਣਾ, ਉਹ ਸੰਗ ਨੂੰ ਛੱਡ ਕੇ ਅਤੇ ਭੱਜ ਗਿਆ। ਅਸੀਂ ਵੀ ਜਿਹੜਾ ਹੈ ਥੋੜ੍ਹੇ ਜਿਹੇ ਕਿਤੇ ਦੁੱਖਾਂ ਦੀ ਹਵਾ ਆਉਂਦੀ ਆ ਨਾ, ਫਿਰ ਛੱਡ ਕੇ ਭੱਜ ਜਾਂਦੇ, ਕਿਧਰੇ ਗਈ ਕਿਰਪਾਨ, ਕਿਧਰੇ ਗਿਆ ਗੁਰੂ ਘਰ, ਕਿਧਰੇ ਗਈ ਸੇਵਾ, ਕਿਧਰੇ ਗਿਆ ਸਿਮਰਨ। ਨਹੀਂ ਬਾਬਾ ਜੀ, ਅਸੀਂ ਇੰਨਾ ਸੁਖਮਣੀ ਪੜ੍ਹਦੇ ਹਾਂ, ਇੰਨੀ ਸੇਵਾ ਕਰਦੇ ਹਾਂ, ਸਾਡੇ 'ਤੇ ਦੁੱਖ ਆ ਗਿਆ, ਇਹਦਾ ਮਤਲਬ ਤੂੰ ਇਸੇ ਲਈ ਕਰਦਾ ਸਾਂ। ਫਿਰ ਤਾਂ ਮੁੱਲ ਵਾਲਾ ਕੰਮ ਹੋ ਗਿਆ, ਨਹੀਂ ਪ੍ਰੇਮ ਵਾਲਾ ਨਹੀਂ। ਜਿੱਥੇ ਪ੍ਰੇਮ ਆ ਨਾ, ਉੱਥੇ ਗਿਣਤੀ ਮਿਣਤੀ ਨਹੀਂ ਹੁੰਦੀ, ਔਰ ਉੱਥੇ ਜਿਹੜਾ ਹੈ ਔਰ ਹਿਸਾਬ ਕਿਤਾਬ ਨਹੀਂ ਹੁੰਦੇ। ਭਾਈ ਸਾਹਿਬ ਕਹਿੰਦੇ ਉਹ ਛੱਡ ਗਿਆ, ਉਹ ਨਾਲ ਨਿਭ ਗਿਆ, ਉਹ ਕੱਚਾ, ਉਹ ਪੱਕਾ ਪੱਕਾ ਨਿਭ ਗਿਆ,
कच्चा छड़ गया ते महाराज ने बाणी अंदर किया नानक कचड़िया स्यों तोड़ ढूंढ सज्जन संत पक्या। वह जीवंदे विछड़े जड़े कच्चे ने वो ज्योंदे जी विछड़ जाते साथ छड़ जाते ओए मोया ना जाई छोड़। वो कपड़े दा ता फीता फीता हो गया लीरा लीरा हो गया पर वो रंग नहीं उतरिया और अंग अंग ता कटिया गया वो नाम दा रंग नहीं उतरिया। तन ता दो फाड़े हो गया और वो नाम दा बाणी दा रंग नहीं उतरिया। अर्धो अर्ध सो कर दारा पृथ्वी पर परियो होवै दोए फारा दोए तन ते जप जी पड़े और सुनत सबन के अचरज मन बढ़े। सारिआं दे मन विच हैरानी हुंदी भी कमाल हो गई सिख दो फाड़े करके धरती ते सिट दिता है भाई मती दास नूं ते अजे भी दोनों फाड़िआं विचों अखीर श्लोक की आवाज आउंदी सी जिनी नाम ते आया गए मुसक्कत काल नानक ते मुख उजले केती छुट्टी नाल। और वो पक्का रंग सी कपड़ा पाड़ देता उतरिया नहीं बाणी चली ही जांदी है। और भाई मनी सिंह साहब दे टुकड़े टुकड़े कर दिता तन दा कपड़ा लीरां लीरां कर दिता वो रंग उतरिया नहीं। भाई दयाल दास जी नूं देग विच उबालिया गया पक्का रंग सी ते उतरिया नहीं नाम दा। साढ़े तो माड़ी जी हवा वग जाए असी तो छड़ के भज जाने। भाई गुरदास साहब कहंदे ने सजनों वो पक्के वाले ने कहंदे ओए मोया ना जाई छोड़ वो मरण पर्यंत भी साथ नहीं छड़ दे जेड़े जुड़े हुए ने। और महाराज सच्चे पातशाह कहंदे ने वो कच्चे ने वो पक्के ने जेड़े नाल निभदे ने और पक्के ओ जिन्हां दे अंदर वसिया है। महाराज कहिंदे जिन मन होर मुख होर से कांडे कच्चिया। मेरी तरह अंदर तो भरोसा नहीं इधरों मैं किताबां पढ़ लिया इधर तुहानूं सुना जाना है ते मेरे अंदर तौंखला बनिया रहिंदा है। जिन मन होर मन विच तां कुछ होर हुंदा है मुख तो मैं अध्यात्मक गल्लां सुनाउणा है। और साड़ी हालत ये बन गई जिन मन होर मुख होर से कांडे कच्चिया रत्ते इश्क खुदाए रंग दीदार के ओ जड़े पक्के जिन विसरिया नाम जिन्हां नूं भुल गया परमात्मा ते ओ भोए भारती ओ धरती लई बोझ बने ओ धरती ते बोझ बने। कहंदे इस करके ओ पक्के नाल जुड़ पक्के दा धारनी ओ कच्चापन कढ दे कच्चा प्रमाण नहीं कच्चा जीवन डूब देंदा पक्का पार ला देंदा है। कहंदे अरद उरद मुख सलल सूची सभाओ कहंदे अर्द और जेड़ा आ और प्यारियो अर्द उर्द थल्ले ते ऊपर और सलल पानी और सूची दा इत्थे अर्थ है अग दी लाट अग दी लाट। और कहंदे इन्हां दा सभाओ वखरा वखरा दोनों का पानी का सुभाव है नीवा दाना ते अग का सुभाव है उपर नू लाटा कढ़निया। कहंदे वो उपर नू जांदी वो नीवानता नू जांदा है तां ते तिस वास्ते सीत पानी अंदर शीतलता है ठंड है वो नीवानता विच कहंदे तपत और अग विच तपशे। क्यों कहंदे जेडे सिख दे हिरदे विच निम्रता है ना उहदे कोल ठंडक शांति जे ते उहदे कोल कोई तपदा होया भी आया ना अग बबूला उहनूं भी बड़े प्रेम नाल समझा के और तपदे नूं शांत कर दिंदा है। कहंदा सजना इहो जीआं विचारां विच कोई फायदा नहीं हो विचारना ही अपने जीवन नूं विचार तेरे पल्ले कुछ पएगा विचारना ही अपने आप दी विचार कर अपने जीवन दी बेड़ी पार ला। कहंदे कुछ ओह ने जेड़े अंदरों भी तपदे ने पर हंकार विच बड़ियां उच्चियां उच्चियां उडारियां पे मार दे ओह तपदे। कहंदे मल अमल सजत है जेड़ा पानी है ये मैल लौंदा है नीवा चल के भी ये मैल नूं उतारदा है। अग जेड़ी है
ਇਹ ਭਾਵੇਂ ਦੀ ਲਾਟ ਨਿਕਲਦੀ ਹੋਵੇ ਨਾ, ਉੱਪਰ ਕਲਸ਼ ਲਾਉਂਦੀ ਹੈ, ਕਹਿੰਦੇ ਉਹ ਮੈਲਾ ਕਰਦੀ ਹੈ ਔਰ ਉਹ ਮੈਲ ਨੂੰ ਉਤਾਰਦਾ ਹੈ ਨਿਰਮਾਨਤਾ 'ਚ। ਨਿਰਮਾਨਤਾ ਵਾਲਾ ਗੁਰਸਿੱਖ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਉਹ ਗੁਰਸਿੱਖ ਆਪਣੇ ਅੰਦਰ ਦੀ ਮੈਲ ਵੀ ਉਤਾਰਦਾ ਹੈ ਅਤੇ ਦੂਜਿਆਂ ਨੂੰ ਵੀ ਨਿਰਮਲ ਕਰਦਾ ਹੈ। ਅਤੇ ਜਿਹੜੀ ਔਰ ਅਗਨੀ ਤਰ੍ਹਾਂ ਹੰਕਾਰ ਦੀਆਂ ਉੱਚੀਆਂ ਲਾਟਾਂ ਵਾਲਾ ਤਪਿਆ ਹੋਇਆ, ਉਹਦਾ ਮਨ ਆਪਣਾ ਵੀ ਕਾਲਾ ਹੋਆ ਸਿਆਹੋ, ਅਤੇ ਉਹ ਦੂਜਿਆਂ ਨੂੰ ਵੀ ਵਿਚਾਰਧਾਰਾ ਦੇ ਦੇ ਕੇ ਆਪ ਵੀ ਟੁੱਟਾ ਅਤੇ ਤਪਦਾ ਹੈ, ਦੂਜਿਆਂ ਨੂੰ ਵੀ ਤੋੜੀ ਜਾਂਦਾ, ਆਪਦੇ ਜੀਵਨ 'ਚ ਵੀ ਕਲਸ਼ ਏ ਅਤੇ ਦੂਜਿਆਂ ਦੇ ਵੀ ਲਾਈ ਜਾਂਦਾ ਹੈ। ਕਹਿੰਦੇ ਉਹਨਾਂ ਦਾ ਦੋਨਾਂ ਦਾ ਸੁਭਾਅ ਐਸਾ ਬਣਿਆ ਹੋਇਆ ਹੈ। ਭਾਈ ਸਾਹਿਬ ਕਹਿੰਦੇ ਗੁਰਮਤ ਦੁਰਮਤ ਊਚ ਨੀਚ ਨੀਚ ਊਚ ਜੀਤ ਹਰ ਹਰ ਜੀਤ। ਭਾਈ ਸਾਹਿਬ ਕਹਿੰਦੇ ਇਸੇ ਤਰ੍ਹਾਂ ਗੁਰਮਤ ਗੁਰੂ ਦੀ ਮਤ ਅਤੇ ਦੁਰਮਤ ਦੂਜੀ ਭੈੜੀ ਅਸ਼ੁੱਧ ਮਤ ਮਲੀਨ ਮਤ, ਕਹਿਣ ਲੱਗੇ ਇਹਨਾਂ ਦੋਨਾਂ ਦਾ ਸੁਭਾਅ ਜਿਹਦੇ ਕੋਲ ਗੁਰਮਤ ਹੈ ਨਾ, ਔਰ ਕਹਿੰਦੇ ਔਰ ਉਹ ਰੱਬ ਵੱਲ ਨੂੰ ਚੱਲਦਾ, ਉਹ ਬਾਹਰੋਂ ਅੱਤ ਦੀ ਨਿਰਮਾਨਤਾ 'ਚ, ਅਤੇ ਜਿਹੜਾ ਅੱਤ ਦੀ ਨਿਰਮਾਨਤਾ 'ਚ ਨਾ, ਔਰ ਉਹਨੂੰ ਮਹਾਰਾਜ ਕਹਿੰਦੇ ਆਪਸ ਕੋ ਜੋ ਜਾਣੈ ਨੀਚਾ ਨੀਚ, ਔਰ ਆਪਸ ਕੋ ਜੋ ਜਾਣੈ ਨੀਚਾ ਸੋ ਗਣੀਏ ਸਭ ਤੋਂ ਉੱਚਾ। ਸਭ ਤੋਂ ਉੱਚਾ ਉਹ ਹੈ ਜਿਹਨੇ ਆਪਣੇ ਆਪ ਨੂੰ ਨੀਵਾਂ ਸਮਝ ਲਿਆ, ਅਤੇ ਜਿਹਨੇ ਆਪਣੇ ਆਪ ਨੂੰ ਵੱਡਾ ਸਮਝ ਲਿਆ ਉਹਦੇ ਵਾਸਤੇ ਕੋਈ ਜਗ੍ਹਾ ਨਹੀਂ ਗੁਰਮਤ ਵਿੱਚ। ਕਹਿੰਦੇ ਗੁਰਮਤੀਆ ਜਿਹੜਾ ਆ ਉਹ ਉੱਚਾ ਹੁੰਦਾ ਹੋਇਆ ਵੀ ਆਪਣੇ ਆਪ ਨੂੰ ਨੀਵਾਂ ਜਾਣਦਾ ਹੈ, ਮੇਰਾ ਕੁਛ ਨਹੀਂ, ਮੇਰੇ ਮਾਲਕ ਦੀ ਮੱਤ ਏ, ਮੇਰੇ ਮਾਲਕ ਦੀ ਸੋਝ ਏ, ਸਮਝ ਏ, ਉਹਦਾ ਮਾਰਗ ਉਹ ਕਿਰਪਾ ਕਰਦੇ ਨੇ ਅੱਤ ਦੀ ਨਿਰਮਾਨਤਾ। ਅਤੇ ਦੁਰਮਤੀਆ ਕਹਿੰਦਾ ਛੱਡ ਯਾਰ, ਤੈਨੂੰ ਤਾਂ ਪਤਾ ਨਹੀਂ, ਇਹ ਤਾਂ ਬਾਬਲਾ ਹੋਇਆ, ਇਹਨੂੰ ਤਾਂ ਇੱਥੇ ਰਹਿ ਕੇ ਵੀ ਸਮਝ ਨਹੀਂ, ਮੈਂ ਦੱਸਦਾ ਹਾਂ ਕਿਵੇਂ ਆ, ਔਰ ਮੈਂ ਇਹਨੂੰ ਸਮਝਾਉਣਾ, ਇਹਨੂੰ ਕੀ ਪਤਾ। ਔਰ ਕਹਿੰਦੇ ਉਹ ਔਰ ਭੈੜੀ ਮਤ ਵਾਲਾ ਹੈ ਅੱਤ ਦਾ ਨੀਚ ਸੋਚ ਵਾਲਾ, ਆਪਣੇ ਆਪ ਨੂੰ ਉੱਚਾ ਜਾਣਦਾ ਹੈ, ਅਤੇ ਜਿਹੜਾ ਉੱਚੀ ਪਵਿੱਤਰ ਸੋਚ ਵਾਲਾ ਹੈ ਉਹ ਆਪਣੇ ਆਪ ਨੂੰ ਕੁਝ ਨਹੀਂ ਸਮਝਦਾ। ਉਹ ਕਹਿੰਦਾ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲੱਗੈ ਮੇਰਾ। ਕਹਿੰਦੇ ਜੀਤ ਹਾਰ ਮਨ ਮੁਖ ਦੁਰਮਤੀਏ, ਜਦੋਂ ਔਰ ਆਪਣੇ ਕਬੋਲ ਬੋਲਣ ਲੱਗ ਜਾਵੇ ਅਤੇ ਜਿਹੜਾ ਗੁਰਮਤ ਵਾਲਾ ਨਿਮਰਤਾ ਵਾਲਾ ਚੁੱਪ ਕਰ ਜਾਂਦਾ, ਕਹਿੰਦਾ ਛੱਡੋ, ਇੱਕ ਗੁਸਤਾਖੀ ਇਹ ਹੋਵੇਗੀ ਵੀ ਇਹਦੇ ਕਬੋਲ ਕੰਨਾਂ ਨਾਲ ਸੁਣਨੇ ਪੈਣਗੇ, ਅਗਰ ਇਹਦੇ ਨਾਲ ਟਕਰਾਵਾਂਗੇ ਅੰਦਰ ਕ੍ਰੋਧ ਭੜਕੇਗਾ ਅਤੇ ਕ੍ਰੋਧ ਦੀ ਬੋਲੀ ਨਾਲ ਕੁਝ ਬੋਲਣਾ ਪਵੇਗਾ, ਦੋਵੇਂ ਹੀ ਸਮੇਂ ਅਜਾਈ ਜਾਣਗੇ, ਸਰੋਤ ਵੀ ਵਿਗੜੇਗੀ ਅਤੇ ਬੋਲ ਬਾਣੀ ਵੀ ਵਿਗੜੇਗੀ। ਇਹਦੇ ਨਾਲੋਂ ਚੰਗਾ ਹੈ ਕਿ ਚੁੱਪੀ ਨੂੰ ਧਾਰਨ ਕਰ ਔਰ ਪਾਸਾ ਵੜ ਜਾ। ਅਤੇ ਜਿਹੜਾ ਹੁੰਦਾ ਨਾ ਦੁਰਮਤੀਆ, ਉਹ ਕਹਿੰਦਾ ਕਿਉਂ ਲਾ ਤਾ ਨਾ ਫਿਰ ਖੂੰਜੇ, ਕਰਤੀ ਨਾ ਬੋਲਤੀ ਬਾਂਦੇ ਦੀ, ਬੋਲ ਕੇ ਦਿਖਾਵੇ। ਔਰ ਇਸ ਕਰਕੇ ਉਹ ਆਪਣੀ ਜਿੱਤ ਸਮਝਦਾ ਹੈ ਕਿ ਮੈਂ ਬੜਾ ਜਿੱਤ ਗਿਆ ਹੈ। ਕਹਿੰਦੇ ਵਾਸਤਵ ਅੰਦਰੋਂ ਦੀ ਹਾਰ ਆ, ਉਹ ਹਾਰਿਆ ਹੋਇਆ। ਅਤੇ ਜਿਹਨੂੰ ਉਹ ਕਹਿੰਦਾ ਨਾ ਹਾਰਿਆ, ਕਹਿੰਦੇ ਉਹ ਜੀਤ, ਉਹ ਜਿੱਤਿਆ ਹੋਇਆ ਹੈ, ਕਿਉਂਕਿ ਉਹਨੇ ਕ੍ਰੋਧ ਨੂੰ ਵਿਰੋਧ ਨੂੰ ਈਰਖਾ ਨੂੰ ਜੈਲਨਸੀ ਨੂੰ ਆਪਣੇ ਮਨ ਨੂੰ ਅੰਦਰੋਂ ਜਿੱਤ ਲਿਆ ਹੈ। ਜਿਹੜਾ ਵੈਰ ਵਿਰੋਧ ਦੇ ਫੁਰਨੇ ਪਿਆ ਉਠਾਉਂਦਾ ਹੈ, ਜਦੋਂ ਇਹਨੂੰ ਅੰਦਰ ਨੂੰ ਜਿੱਤ ਲਿਆ ਨਾ, ਪਹਿਲਾਂ ਉਹਨੇ ਇੰਦਰੀਆਂ ਨੂੰ ਇੱਕ ਇੱਕ ਨੂੰ ਕਰਕੇ ਜਿੱਤਿਆ, ਇੱਕੇ ਵੇਰ ਨਹੀਂ, ਇਹ ਬੜੇ ਤਾਕਤਵਰ ਨੇ, ਅੱਖਾਂ ਨੂੰ ਹੱਥਾਂ ਨੂੰ ਨੱਕ ਨੂੰ ਜ਼ੁਬਾਨ ਨੂੰ ਕੰਨਾਂ ਨੂੰ ਤੁਚਾ ਨੂੰ, ਇਹਨਾਂ ਨੂੰ ਜਿੱਤਿਆ। ਅਤੇ ਫਿਰ ਜਦੋਂ ਇਹਨਾਂ ਇੰਦਰੀਆਂ ਨੂੰ ਜਿੱਤ ਲਿਆ ਨਾ ਇੰਦਰਿਆਵੀ ਸੁੱਖਾਂ ਤੋਂ ਔਰ ਅਲੈਦਾ ਕੀਤਾ ਉਸ ਵੇਲੇ, ਔਰ ਇਹ ਜਿਹੜਾ ਹੈ
और अपने इंद्रियां नू जितिया इन्हे ते इंद्रियां नू जित के जित इंद्रिया बनिया फिर इन्हे इन्हां दा कंट्रोल करके अपने अंदर नू जितन तुरिया ते जितन मन ते कंट्रोल कर लिया ना मन ते और मालक दी कृपा नाल मन ते कंट्रोल कर लिया ते महाराज कहिंदे सारे संसार नू जित लिया मन जीता है जग जीत उदन जगत का विजेता बन गया जगत तो जित के तुरिया महाराज कहिंदे ओ संसार विच हारिया ओ जिन्हें अपने आप नू नहीं जितया अपने अखां नू बोलां नू स्रोत नू हथां नू कदमां नू और मन अंदरों तरह तरह के फुरने ख्यालात पैदा करता है इनू जिन्हें नहीं जितया बार जिन्हिया मर्जी जितां जितदा फिरे याद रखना असल चो हारिया होया है जिन्हें अपने आप नू जितया ना वो जगत का विजेता है। तो भाई साहब कहिंदे लज्जा ना लज्जत है कहिंदे एहो जिहा दुरमतिया शर्मसार नहीं हुंदा लज्जा दे विच नहीं आउंदा शर्मसार नहीं हुंदा भी मेरे हालात की ने फिर भी जिहड़ा है ना एहो जिहा होवे वो कहेगा नहीं नहीं मेरे पांसक च कित्थे मेरे वर्गे बंदे ना मत्था लाओ यार मेरे वर्गे बंदे ना कोई गल कर लो मेरे कोल आ वो महाराज कहिंदे नहीं उहदे पल्ले मैं आ ते दूदे दूजे दे पल्ले तू आ परमात्मा तू ही है ते जिहदे पल्ले तू आ उहदे पल्ले सब कुछ है जिहदे पल्ले मैं वो खाली है। ये भाई गुरदास साहब जी ने सानू सूझ बूझ बख्शी आ जिन्नी कु मत सतगुरु ग्रंथ साहिब महाराज गुरु कलगीधर साहब सच्चे पातशाह माता साहिब कौर कृपा करदे ने उन्नी कु मत नाल पढ़ पढ़ा के तुश बुद्धि नाल संखेप जाई भाई साहब जी दे बचना दी विचार आप दे समक्ष रखन दा जतन कीता है। सतगुरु गरीब नवाज कृपा करन सानू पढ़न सुनन वालियां नू सरबत्तर नू सरेठ मत बुद्ध बख्शिश करन साडा आया होया सफला हो सके बेअंत भुल्लां दी खिमा गरीब नवाज दे बचन जान गुरमत दे बचना नू हिरदियां च जगा देईए ते गुरमतीए बन के गुरु वल नूं चलीए साडा आया सफला। इन्नियां कु बेनतियां प्रवान करनियां जी वाहिगुरु जी का खालसा वाहिगुरु जी की फतेह।